ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਜੀ ਸੰਗਤ ਹੈ ਜੀ ਬਟਾਲੇ ਇਲਾਕੇ ਦੀ। ਆਓ ਉਹਨਾਂ ਤੋਂ ਜਾਣਦੇ ਹਾਂ ਕਿ ਅੱਜ ਕਰਤਾਰਪੁਰ ਸਾਹਿਬ ਦੇ ਕੋਰੀਡੋਰ 'ਤੇ ਉਦਘਾਟਨ ਦੇ ਮੌਕੇ 'ਤੇ ਉਹ ਪਹੁੰਚੇ ਨੇ, ਕਿਵੇਂ ਦਾ ਮਹਿਸੂਸ ਕਰ ਰਹੇ ਨੇ ਵੀਰ ਜੀ, ਕਿਵੇਂ ਦਾ ਲੱਗ ਰਿਹਾ? ਸਾਨੂੰ ਲੱਗ ਰਿਹਾ ਜੀ, ਅਸੀਂ ਇਹ ਆਖਣਾ ਚਾਹੁੰਦੇ ਹਾਂ ਵੀ ਹਰ ਗਰੀਬ ਵਰਗ ਦਾ ਕੋਈ ਇਨਸਾਨ ਮੈਂ ਗੁਰੂ ਮਹਾਰਾਜ ਦਰਸ਼ਨ ਕਰਕੇ ਆਏ ਜੀ। ਗਰੀਬ ਵਰਗ ਤੋਂ ਸੰਬੰਧਿਤ ਤੁਹਾਡਾ ਕੀ ਕਹਿਣ ਤੋਂ ਕੀ ਭਾਵਨਾ? ਸਾਡਾ ਇਹ ਭਾਵ ਸਰਕਾਰ ਨੂੰ ਜਿੰਨੇ ਪੈਸੇ ਆਉਂਦੇ ਆਪ ਦੇਣੇ ਚਾਹੀਦੇ ਆ ਜੀ। ਇਹ ਬਿਲਕੁਲ ਕੰਮ ਗਲਤ ਆ। ਹਰ ਬੰਦਾ ਦਰਸ਼ਨ ਮੇਲਾ ਕਰੇ ਜੀ ਅਤੇ ਆਪਣੇ ਪਰਿਵਾਰ ਨਾਲ ਮੱਥਾ ਟੇਕ ਕੇ ਆਏ ਜੀ। ਵੀਰ ਜੀ, ਉਹਨਾਂ ਨੇ ਜਿਹੜਾ ਇਹ ਪੈਸੇ ਰੱਖੇ ਆ ਇਹ 1400 ਰੁਪਈਏ ਦੇ ਕਰੀਬ ਆ। ਹਾਂਜੀ, ਆਪਾਂ ਜਦੋਂ ਕਿਤੇ ਪੰਜਾਬ ਦੇ ਵਿੱਚ ਵੀ ਆਪਣੇ ਜਿਹੜੇ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਵਿੱਚ ਵੀ ਜਾਂਦੇ ਹਾਂ ਅਤੇ ਸਰਾਵਾਂ ਦੇ ਪੈਸੇ ਸਾਡੇ ਕੋਲ ਲੈ ਜਾਂਦੇ ਆ, ਅਤੇ ਫਿਰ ਕਿਵੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਜੇ ਉੱਥੇ ਸਾਨੂੰ ਥੋੜ੍ਹਾ ਜਿਹਾ ਖਰਚਾ ਕਰਨਾ ਪਊਗਾ ਤਾਂ ਉਹ ਕਿੱਡੀ ਕੁ ਗੱਲ ਆ? ਚਲੋ, ਇਹ ਤਾਂ ਮੈਂ ਮੰਨਦਾ, ਪਰ ਉੱਥੇ ਆਪਣੀ ਸ਼ਰਧਾ ਨਾਲ ਜੋ ਕਿਸੇ ਮੁਤਾਬਕ ਆ ਉਹ ਹਰ ਬੰਦੇ ਨੇ ਆਪਣੀ ਸ਼ਰਧਾ ਨਾਲ ਚੜ੍ਹਾਉਣਾ ਹੈ ਜੀ। ਜੀ ਜੀ, ਪਰ ਇਹ ਕੰਮ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ। ਪਰ ਇਹਦੇ ਵਿੱਚ ਕੈਪਟਨ ਸਰਕਾਰ ਦਾ ਤੁਸੀਂ ਦੋਸ਼ ਸਮਝਦੇ ਹੋ ਕਿ ਉਹਨਾਂ ਨੂੰ ਇਹ ਪੈਸੇ ਪੇ ਕਰਨੇ ਚਾਹੀਦੇ? ਉਹਨਾਂ ਨੂੰ ਕਰਨੇ ਚਾਹੀਦੇ ਆ। ਸੋ ਜੀ, ਇਹ ਸੰਗਤ ਦਾ ਕਹਿਣਾ ਆ ਕਿ ਪੈਸੇ ਜਿਹੜੇ ਨੇ ਜੀ ਜਿਹੜਾ ਉੱਥੇ ਜਾਣ ਦਾ ਖਰਚਾ ਉਹ ਕੈਪਟਨ ਸਰਕਾਰ ਨੂੰ ਪੇ ਕਰਨਾ ਚਾਹੀਦਾ। ਸੋ ਪਬਲਿਕ ਦੀ ਆਵਾਜ਼ ਹੈ ਜੀ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਦੇ ਵੱਲ ਗੌਰ ਵੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।